ਜੰਡਿਆਲਾ ਗੁਰੂ ਦੇ ਸੈਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕ੍ਰਿਸ਼ਨ ਪੁਰੀ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਕਰਕੇ ਜਾਣੇ ਜਾਂਦੇ ਹਨ। ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਅਜਿਹਾ ਹੀ ਸਮਾਜ ਭਲਾਈ ਦਾ ਕੰਮ ਕੀਤਾ ਗਿਆ। ਉਹਨਾਂ ਨੇ ਸਥਾਨਕ ਜੋਤੀਸਰ ਕਲੋਨੀ ਦੀ 11 ਫੁੱਟ ਚੌੜੀ ਤੇ 40 ਫੁੱਟ ਲੰਬੀ ਕੱਚੀ ਗਲੀ ਨੂੰ ਇੱਟਾਂ ਨਾਲ ਪੱਕਾ ਬਣਾ ਦਿੱਤਾ, ਜਿਸ ਨਾਲ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਤੋਂ ਕਾਫੀ ਰਾਹਤ ਮਿਲੀ ਹੈ। ਇਸ ਗਲੀ ਦਾ ਉਦਘਾਟਨ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਦਰਬਾਰ ਬਾਬਾ ਹੁੰਦਲ ਜੀ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਬਾਬਾ ਪਰਮਾਨੰਦ ਜੀ ਨੇ ਰੀਬਨ ਕੱਟ ਕੇ ਕੀਤਾ। ਉਹਨਾਂ ਕਿਹਾ ਕਿ ਮੰਗਲ ਸਿੰਘ ਕ੍ਰਿਸ਼ਨਪੁਰੀ ਵੱਲੋਂ ਕੀਤਾ ਇਹ ਕਾਰਜ ਕਾਫੀ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਅੱਜ ਜੋ ਜੋਤੀਸਰ ਕਲੋਨੀ ਵਿੱਚ ਗਲੀ ਨੰਬਰ 9 ਦੇ ਵਿੱਚ ਸਰਦਾਰ ਮੰਗਲ ਸਿੰਘ ਨੇ ਜੋ ਇਹਨਾਂ ਨੂੰ ਕਹਿ ਕੇ ਸੇਵਾ ਦਾ ਕੰਮ ਕਰਿਆ ਕਰੋ, ਇਹ ਸਾਰੀ ਗਲੀ 11 ਫੁੱਟ ਚੌੜੀ ਔਰ 40 ਫੁੱਟ ਲੰਬੀ ਮੰਗਲ ਸਿੰਘ ਤੋਂ ਅੱਜ ਬਣਵਾਈ ਹੈ। ਇਸ ਗਲੀ ਵਾਲਿਆਂ ਨੇ ਵੀ ਸਾਰਿਆਂ ਨੇ ਸਹਿਯੋਗ ਦਿੱਤਾ ਹੈ। ਸਰਦਾਰ ਮੰਗਲ ਸਿੰਘ ਦੇ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਸਮਾਜ ਸੇਵੀ ਕੰਮ ਜਿਹੜੇ ਕਰਨੇ ਚਾਹੀਦੇ ਹਨ। ਸ਼ੁਭ ਪ੍ਰੇਰਨਾ ਦੇ ਨਾਲ ਇਹਨਾਂ ਨੇ ਬਹੁਤ ਵਧੀਆ ਸੜਕ ਬਣਾਈ ਹੈ। ਇੱਟਾਂ ਦਾ ਕਢਵਾਂਜਾ ਲਾ ਕੇ ਸੜਕ ਬਣੀ, ਜਿਹੜੀ ਟੁੱਟੇਗੀ ਨਹੀਂ, ਬਹੁਤ ਵਧੀਆ ਸੜਕ ਬਣੀ ਹੈ। ਔਰ ਗਲੀ ਵਾਲੇ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਕੱਠੇ ਹੋ ਕਰਕੇ ਅੱਜ ਗਲੀ ਦਾ ਉਦਘਾਟਨ ਕਰਵਾਇਆ ਹੈ ਮੇਰੇ ਤੋਂ। ਮੈਂ ਸਾਰਿਆਂ ਦੇ ਧੰਨਵਾਦ ਕਰਦਾ ਹਾਂ, ਨਾਲ ਮੰਗਲ ਸਿੰਘ ਦੇ ਪਰਿਵਾਰ ਦੇ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਜੰਡਿਆਲਾ ਗੁਰੂ ਤੋਂ ਰਾਮ ਸਰਨਜੀਤ ਸਿੰਘ, ਖਬਰ ਹਰਪਲ ਇੰਡੀਆ ਲਈ।